ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਮੁਹੱਬਤ ਪਿਆਰ ਜਿਉਂਦੇ ਵਸਦੇ ਰਹੋ ਖੁਸ਼ ਰਹੋ ਪਹਿਲੀ ਗੱਲ ਯਾਰ ਹਾਂ ਬੰਦ ਕਰ ਲਓ ਪਲੀਜ਼ ਆਹ ਮਿਊਜ਼ਿਕ ਬੰਦ ਹੋ ਸਕਦਾ ਬਿਲਕੁਲ ਹੀ ਬੰਦ ਗੱਲਾਂ ਕਰਨਾ ਆ ਦੋ ਪਹਿਲੀ ਗੱਲ ਤਾਂ ਇਹ ਵੀ ਬੰਬ ਵਾਲਾ ਪਰਿਵਾਰ ਮੇਰਾ ਇੱਥੇ ਗੋਇੰਗ ਫੈਮਿਲੀ ਰਿੰਕੂ ਆਇਆ ਹੋਇਆ ਇੱਥੇ ਦੱਸਿਆ ਮੈਨੂੰ ਹੁਣੇ ਆ ਸੀ ਤੇ ਰਾਜੂ ਵਰਮਾ ਰਾਜੂ ਫਿਲਮ ਇੰਡਸਟਰੀ ਦੀ ਜਾਨ ਹੈ ਬਹੁਤ ਪਿਆਰਾ ਇਨਸਾਨ ਹੈ ਨਮਨ ਉਸ ਮਿੱਟੀ ਨੂੰ ਸਲਾਮ ਉਸ ਮਾਂ ਨੂੰ ਜਿਹਨੇ ਇਹਨੂੰ ਜਨਮ ਦਿੱਤਾ ਉਸ ਮਿੱਟੀ ਨੂੰ ਜਿਹਨੇ ਇਹਨੂੰ ਪਾਲਿਆ ਤੁਹਾਡਾ ਇਲਾਕਾ ਤੁਹਾਡਾ ਸਾਥ ਇਹਨੂੰ ਮਿਲਿਆ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਅਸੀਂ ਪਿੱਛੇ ਜੇ ਇੱਕ ਵਿਆਹ ਤੇ ਇਕੱਠੇ ਹੋਏ ਸੀ ਉਧਰੋਂ ਵੀ ਮੇਰੇ ਆਹੀ ਕੱਪੜੇ ਪਾਏ ਹੋਏ ਸੀ ਉਹ ਤਾਂ ਮੈਂ ਬਿਨਾਂ ਜੁੱਤੀ ਤੋਂ ਹੀ ਆਉਣਾ ਸੀਗਾ ਕਹਿੰਦਾ ਬਾਈ ਉਹ ਨੀਲਾ ਜਿਹਾ ਕੱਪੜਾ ਪਾ ਕੇ ਜ਼ਿਆਦਾ ਹੈ ਬੜਾ ਮਾਣ ਕੀਤਾ ਇਹਨੇ ਸੱਦਿਆ ਮੈਨੂੰ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਹੋਏ ਨੇ ਦੋ ਮਿੰਟ ਲੈਣੇ ਨੇ ਮੈਨੂੰ ਇੱਕ ਨਾ ਫੋਨ ਜਿਹਾ ਆਇਆ ਮੈਨੂੰ ਉਹ ਲੱਗਿਆ ਜਿਵੇਂ ਮੈਨੂੰ ਫੋਨ ਆਇਆ ਹੁੰਦਾ ਤੇ ਫੋਨ ਦੇ ਵਿੱਚ ਜੋ ਕਲਕਿਆਰੀਆਂ ਸੀ ਜੋ ਰੋਣਾ ਸੀ ਜੋ ਅਪਣੱਤ ਸੀ ਜੋ ਗੱਲਾਂ ਸੀ ਉਹਨਾਂ ਨੇ ਮੈਨੂੰ ਬਹੁਤ ਮੁਤਾਸਰ ਕੀਤਾ ਉਦਾਸ ਕੀਤਾ ਦੁਖੀ ਕੀਤਾ ਕੱਲ੍ਹ ਫੋਨ ਆਇਆ ਸੀ ਉਹਨੇ ਇੱਕ ਆਸ ਰੱਖੀ ਉਸ ਆਵਾਜ਼ ਨੇ ਉਸ ਸੋਚ ਨੇ ਇੱਕ ਮੈਨੂੰ ਉਲਾਂਭਾ ਦਿੱਤਾ ਉਸ ਫੋਨ ਨੇ ਇੱਕ ਮੈਨੂੰ ਸੇਧ ਵੀ ਦਿੱਤੀ ਮੈਂ ਸਿੱਖਿਆ ਵੀ ਉਹਦੇ ਤੋਂ ਅਤੇ ਉਹਨੇ ਮੈਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਉਸ ਜ਼ਿੰਮੇਵਾਰੀ ਨੂੰ ਮੈਂ ਸਾਰੀ ਰਾਤ ਸੌਂ ਨਹੀਂ ਸਕਿਆ ਉਸ ਜ਼ਿੰਮੇਵਾਰੀ ਨਾਲ ਜੂਝਦਾ ਉਹ ਜ਼ਿੰਮੇਵਾਰੀ ਸੀ ਇਸ ਇਲਾਕੇ ਦੀ ਇੱਕ ਧੀ ਹੈ ਉਹ ਕਹਿੰਦੀ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਦੇਰ ਤੋਂ ਬਹੁਤ ਜੂਝ ਕੇ ਬਹੁਤ ਡੈਡੀਕੇਸ਼ਨ ਦੇ ਨਾਲ ਜਦੋਂ ਕੋਈ ਬੰਦਾ ਮਿਹਨਤ ਕਰਦਾ ਕਿਸੇ ਵੀ ਫੀਲਡ ਦੇ ਵਿੱਚ ਮਿਹਨਤ ਕਰਦਾ ਨਾ ਉਹਨੂੰ ਕਾਮਯਾਬੀ ਨਾ ਮਿਲੇ ਫਿਰ ਉਹ ਬੜੀ ਚੂਰ ਚੂਰ ਹੁੰਦਾ ਟੁੱਟਦਾ ਟੇੜਾ ਨਹੀਂ ਆਉਂਦੀ ਉਹ ਫਿਰ ਬਿਖਰ ਜਾਂਦਾ ਖਿੰਡ ਜਾਂਦਾ ਅਤੇ ਮੈਨੂੰ ਕਹਿੰਦੀ ਵੀ ਮੈਂ ਤੈਨੂੰ ਮਿਲਣਾ ਮੈਨੂੰ ਇੱਕੋ ਹੀ ਆਸ ਆ ਮੈਂ ਉਹਨੂੰ ਕੱਲ੍ਹ ਕਿਹਾ ਸੀਗਾ ਵੀ ਮੈਨੂੰ ਰਾਜੂ ਨੇ ਬੁਲਾਇਆ ਤੂੰ ਦੱਸ ਚੀਮੇ ਮੰਡੀ ਆ ਸਕਦੀ ਹੈ ਕਹਿੰਦੀ ਬਾਈ ਜੀ ਉਹ ਤਾਂ ਜਮੀ ਬਾਪੂ ਜੀ ਨਾਲ ਆ ਮੈਂ ਆ ਜਾਵਾਂ ਬੱਬੂ ਕਿੱਥੇ ਆ ਰਿਹਾ ਇਹ ਜ਼ਿੰਦਗੀ 'ਚ ਮੈਨੂੰ ਫੋਨ ਮਿਲੀ ਆ ਪਹਿਲੀ ਵਾਰੀ ਮਿਲੀ ਆ ਕੱਲ੍ਹ ਪਹਿਲੀ ਵਾਰੀ ਦਾ ਫੋਨ ਆਇਆ ਤੁਹਾਡੇ ਇਲਾਕੇ ਦੀ ਕੁੜੀ ਹੈ ਇਹਦਾ ਹਸਬੈਂਡ ਵੀ ਨਾਲ ਹੈ ਇਹ ਕਹਿੰਦੀ ਮੈਨੂੰ ਫਿਲਮਾਂ 'ਚ ਮੈਂ ਬਹੁਤ ਸਟਰਗਲ ਕੀਤੀ ਹੈ ਪਰ ਮੈਨੂੰ ਸਟਰਗਲ ਕੀਤੀ ਹੈ ਮੈਨੂੰ ਕਿਸੇ ਨੇ ਫਿਲਮਾਂ 'ਚ ਕੰਮ ਨਹੀਂ ਦਿੱਤਾ ਛੋਟੀਆਂ ਫਿਲਮਾਂ 'ਚ ਕੰਮ ਮਿਲਦਾ ਰਿਹਾ ਕਹਿੰਦੀ ਮੈਨੂੰ ਬਾਈ ਇੱਕੋ ਹੀ ਆਸ ਹੈ ਮੈਂ ਕਈਆਂ ਤੋਂ ਫੋਨ ਮੰਗਿਆ ਕਈਆਂ ਨਾਲ ਗੱਲ ਕੀਤੀ ਉਹ ਕਹਿੰਦੇ ਜੇ ਹੌਬੀ ਨੇ ਕਹਿਤਾ ਤਾਂ ਤੈਨੂੰ ਫਿਲਮ 'ਚ ਕੰਮ ਮਿਲੂਗਾ ਚੱਲੀਏ ਸਾਰਿਆਂ ਤੋਂ ਮਾੜਾ ਬੰਦਾ ਇੰਡਸਟਰੀ 'ਚ ਮੈਂ ਹਾਂ ਮੇਰੇ ਕਹੇ ਤਾਂ ਕੋਈ ਵੀ ਨਹੀਂ ਕੰਮ ਮਿਲਦਾ ਤੈਨੂੰ ਪਰ ਮੈਂ ਐਡਾ ਕੁ ਮਾਣ ਕਰਦਾ ਇਸ ਬੰਦੇ 'ਤੇ ਇੱਕ ਸਾਡੀ ਫਿਲਮ ਸੀਗੀ ਵੰਸ ਅਪੌਨ ਅ ਟਾਈਮ ਇਨ ਸਵਿਟਜ਼ਰਲੈਂਡ ਉਹ 15 ਤੋਂ ਅਕਤੂਬਰ ਤੋਂ 20 ਤੱਕ ਸੀ ਅਤੇ ਇੱਕ ਵੈਬ ਸੀਰੀਜ਼ ਸੀ 4 ਨਵੰਬਰ ਤੋਂ 15 ਤੱਕ ਉਹ ਦੋਨੇ ਲੇਟ ਹੋ ਗਈਆਂ ਦਸੰਬਰ ਜਨਵਰੀ 'ਚ ਚਲੀਆਂ ਗਈਆਂ ਅਤੇ ਹੁਣ 15 ਨਵੰਬਰ ਤੋਂ ਇਹਦੀ ਫਿਲਮ ਸ਼ੁਰੂ ਹੋ ਰਹੀ ਹੈ ਇਹਦੀ ਕਹਾਣੀ ਹੈ ਇਹ ਪ੍ਰੋਡਿਊਸਰ ਹੈ ਇਸੇ ਨੇ ਮੈਨੂੰ ਪੈਸੇ ਦਿੱਤੇ ਨੇ ਠੀਕ ਹੈ 4 ਸੀਨ ਤੇਰੇ ਜ਼ਰੂਰ ਹੋਣਗੇ ਇਹਦੀ ਫਿਲਮ 'ਚ ਮਿਹਨਤ ਵਾਲੀ ਗੱਲ ਹੈ ਤੈਨੂੰ ਮੈਂ ਪੁੱਛਿਆ ਵੀ ਤੁਸੀਂ ਕਹਿੰਦਾ ਨਾ ਬੁਝ ਬਸ ਤੇ ਨਰਸ ਦਾ ਕਰੈਕਟਰ ਇਹਦਾ ਹੋ ਗਿਆ ਤੇ ਕਿਸੇ ਦਾ ਗਲਾ ਘੁੱਟਦਾ ਬਸ ਤੇ ਕਰੈਕਟਰ ਇਹਨੂੰ ਦੇਤਾ ਤੁਹਾਡੇ ਪਿੰਚਰ ਮਤ ਯੋਧਾ ਰਹਿ ਇਹ ਮਾਣ ਪੰਜਾਬੀ ਫਿਲਮ ਇੰਡਸਟਰੀ ਨੇ ਮੈਨੂੰ ਵਾਕਈ ਦਿੱਤਾ ਹੋਇਆ ਸੋਹਣੀਆਂ ਸਾਫੇ ਪੱਟਾਂ ਤੁਹਾਡੀਆਂ ਦ੍ਰਿਸ਼ਟੀਆਂ ਨੇ ਮੈਨੂੰ ਜਿਉਂਦੇ ਵਸਦੇ ਰਹੋ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਆਪ ਦੇ ਅੰਦਰਲੇ ਰਾਵਣ ਨੂੰ ਮਾਰਨ ਦੀ ਕੋਸ਼ਿਸ਼ ਕਰਿਓ ਸਾਡੇ ਕੋਲੇ 5 ਚੀਜ਼ਾਂ ਸੀ ਧਿਆਨ ਨਾਲ ਸੁਣ ਲਿਓ ਸਾਡੇ ਕੋਲੇ ਪੰਜਾਬੀ ਉਹ 5 ਚੀਜ਼ਾਂ ਸੀ ਸਭ ਤੋਂ ਪਹਿਲਾਂ ਮਿੱਟੀ ਸੀ ਪਾਣੀ ਸੀ ਸਾਡੇ ਕੋਲੇ ਸਿਹਤ ਸੀ ਸਾਡੇ ਕੋਲੇ ਜੁੱਸਾ ਸੀ ਤੇ ਸਭ ਤੋਂ ਵੱਡੀ ਗੱਲ ਸਾਡੇ ਕੋਲੇ ਰਿਸ਼ਤੇ ਸੀ ਮਾਫ ਕਰਨਾ ਪੰਜੇ ਹੈ ਵੀ
ਘੰਗੋਲ ਕੇ ਦੇਖ ਲਿਓ ਆਪਣੇ ਆਪ ਨੂੰ ਅੱਜ ਸੌਣ ਤੋਂ ਪਹਿਲਾਂ ਤਾਂ ਚੀਜ਼ਾਂ ਪੰਜੇ ਹੀ ਹੈ ਨਾ ਸਾਡੇ ਕੋਲ ਸਿਹਤ ਹੈ ਨਾ ਜੁੱਸਾ ਨਾ ਪਾਣੀ ਹੈ ਜੁੱਸਾ ਮਤਲਬ ਹਿੰਮਤ ਦਲੇਰੀ ਖੜ ਗਏ ਤਾਂ ਖੜ ਗਏ ਅੜ ਗਏ ਤਾਂ ਅੜ ਗਏ ਉਹ ਹੈ ਨਹੀਂ ਸੱਚਾਈ ਹੈ ਨਹੀਂ ਕਰਤਾਰ ਹੈ ਨਹੀਂ ਮੈਂ ਵੀ ਪੈਸੇ ਦੇਣੇ ਨੇ ਡਾਕਟਰ ਮੈਂ ਜਿਹਦੇ ਦੇਣੇ ਨੇ ਉਹਨਾਂ ਦੀ ਮੈਂ ਰਾਮ ਰੂਪ ਬਣ ਕੇ ਘਰੇ ਬੈਠਾ ਰਹਿਣਾ ਤੇ ਜਿਹਨਾਂ ਤੋਂ ਲੈਣੇ ਨੇ ਉਹਨਾਂ ਦੇ ਵੀ ਪੈਰਾਂ 'ਚ ਬੈਠਾ ਪਰ ਬਾਬੇ ਨਾਨਕ ਦੀ ਕਿਰਪਾ ਕਿਉਂਕਿ ਬਾਕੀਆਂ ਦੀ ਕਿਰਪਾ ਸ਼ਾਇਦ ਬਾਬਾ ਨਾਨਕ ਅੰਦਰ ਹੋਵੇ ਅਸੀਂ ਖੇਤੀ ਨਾਲ ਮਿੱਟੀ ਨਾਲ ਜੁੜੇ ਹੋਏ ਆ ਕੁਦਰਤ ਨਾਲ ਜੁੜੇ ਹੋਏ ਆ ਮੀਂਹ ਪੈ ਗਿਆ ਤਾਂ ਚੰਗਾ ਮੀਂਹ ਪੈ ਗਿਆ ਤਾਂ ਮਾੜਾ ਇਸ ਕਰਕੇ ਸਾਡਾ ਰੱਬ ਵੀ ਉੱਤੇ ਹੀ ਹੈ ਸਾਡਾ ਰੱਬ ਤਾਂ ਹੀ ਅਸੀਂ ਉੱਤੇ ਨੂੰ ਦੇਖਦੇ ਹਾਂ ਕੁਦਰਤ ਹੈ ਅਸੀਂ ਕੁਦਰਤ ਦੇ ਕਿਤੇ ਨਾ ਕਿਤੇ ਖਿਲਾਫ ਹੋ ਗਏ ਅੱਜ ਜੇ ਮੈਂ ਆਪਦੀ ਭੂਆ ਦੇ ਘਰ ਚਲੇ ਜਾਵਾਂ ਤਾਂ ਭੂਆ ਜੇ ਜਿਉਂਦੀ ਹੋਵੇ ਤਾਂ ਮੈਨੂੰ ਟੇਢੀ ਅੱਖ ਨਾਲ ਦੇਖੀ ਜਾਓ ਵੀ ਇਹ ਆਇਆ ਕੀ ਕਰਨ ਤੇ ਜੇ ਕਿਤੇ ਭੂਆ ਮੇਰੇ ਘਰੇ ਆ ਜਾਵੇ ਚਾਹੇ ਸਕੇ ਭਾਈ ਦੇ ਘਰੇ ਆਈ ਸੋਚ ਮੈਨੂੰ ਵੀ ਲੱਗ ਜਾਂਦੀ ਹੈ ਸਾਡੇ ਕੋਲ ਰਿਸ਼ਤੇ ਹੀ ਨਹੀਂ ਰਹੇ ਉਹਨਾਂ ਰੱਖਣ ਦੀ ਕੋਸ਼ਿਸ਼ ਕਰਿਓ ਰਿਸ਼ਤਿਆਂ ਨੂੰ ਰੱਖਣ ਦੀ ਕੋਸ਼ਿਸ਼ ਕਰਿਓ ਰਿਸ਼ਤਿਆਂ ਦੇ ਸਿਰ ਤੇ ਰਹੋਗੇ ਪੰਜਾਬ ਦੇ ਕੋਲੇ ਸਭ ਤੋਂ ਰਿਚ ਚੀਜ਼ ਆ ਜਿਹੜੀ ਸਭ ਤੋਂ ਸਿਖਰ ਦੀ ਚੀਜ਼ ਹੈ ਉਹ ਹੈ ਸਾਡਾ ਸੱਭਿਆਚਾਰ ਸਾਡੀਆਂ ਵੈਲਿਊਸ ਜੇ ਉਹ ਖਤਮ ਹੋ ਗਈਆਂ ਮਿੱਟੀ ਵਾਂਗੂ ਕਰ ਜਾਓਗੇ ਕਿਸੇ ਨੇ ਢੇਲਾ ਮੁੱਲ ਨਹੀਂ ਪਾਉਣਾ ਸਰੀਰ ਨੂੰ ਸਾਂਭ ਕੇ ਰੱਖਿਓ ਪੈਂਡਾਮਿਕ ਖਤਮ ਹੋਇਆ ਕਰੋਨਾ ਖਤਮ ਹੋਇਆ ਪਰ ਹਲੇ ਗਿਆ ਨਹੀਂ ਆਪਦਾ ਖਿਆਲ ਰੱਖਿਓ ਤੇ ਪਿਆਰਿਆਂ ਦਾ ਖਿਆਲ ਰੱਖਿਓ ਜਿਉਂਦੇ ਰਹੋ ਬਹੁਤ ਸਾਰਾ ਸਤਿਕਾਰ ਤੁਹਾਨੂੰ ਮੁਹੱਬਤ ਆਪਦੇ ਜੋਗੇ ਹੋ ਕੇ ਰਹੋ ਕਿਉਂਕਿ ਸਾਡੇ ਕੋਲ ਅਸੀਂ ਆਪਦੇ ਜੋਗੇ ਸੀ ਆਪਦਾ ਦੁੱਧ ਸੀ ਆਪਦੇ ਜੋਗੀ ਲੱਸੀ ਮੱਖਣ ਘਿਓ ਸੀ ਆਪਦੇ ਜੋਗੀਆਂ ਦਾਲਾਂ ਸੀ ਆਪਦੇ ਜੋਗੀ ਹਰਹਰ ਸੀ ਆਪਦੇ ਜੋਗੀ ਮੂੰਗੀ ਸੀ ਕਪਾਹ ਸੀ ਆਪਦੇ ਜੋਗਾ ਨਰਮਾ ਸੀ ਕਿਤੇ ਨਾ ਕਿਤੇ ਕਣਕ ਵੀ ਆਪਦੇ ਜੋਗੀ ਸੀ ਮੱਕੀ ਵੀ ਸੀ ਛੋਲੇ ਵੀ ਸੀ ਅਲਸੀ ਵੀ ਸੀ ਜੌਂ ਵੀ ਸੀ ਤਾਰਾ ਮੀਰਾ ਵੀ ਸੀ ਧੋਰਾ ਸਬਜ਼ੀਆਂ ਵੀ ਸੀ ਧੁੱਪ ਦੇ ਉੱਤੇ ਵੇਲਾਂ ਚਾੜ ਕੇ ਕੱਦੂ ਮੈਂ ਵੀ ਬਹੁਤ ਤੋੜੇ ਅਸੀਂ ਕਹਿੰਦੇ ਹਾਂ ਕਿ ਸਾਡੀ ਜੂਨ ਸੁਧਰ ਗਈ ਝੋਨਾ ਲਾ ਕੇ ਸਾਡੀ ਜੂਨ ਖਰਾਬ ਹੋ ਗਈ ਝੋਨਾ ਲਾ ਕੇ ਕੋਈ ਗੱਲ ਨਹੀਂ ਪੰਜ ਚਾਰ ਸਾਲ ਬਾਅਦ ਮੈਨੂੰ ਲੱਗਦਾ ਹੈ ਬੈਨ ਹੋਣਾ ਚਾਹੀਦਾ ਤੇ ਬੈਨ ਹੋ ਜੂਗਾ ਕਿਉਂਕਿ ਸਾਨੂੰ ਡਾਇਵਰਸੀਫਿਕੇਸ਼ਨ ਨਹੀਂ ਹਲੇ ਕਿਹੜੀ ਮਿਲ ਜੂਗੀ ਬੇਫਿਕਰ ਹੋ ਜਾਓ ਮਿਲ ਜੂਗੀ ਆਪਾਂ ਹੋਰ ਫਸਲਾਂ ਵੱਲ ਤੁਰਾਂਗੇ ਜਿਉਂਦੇ ਰਹੋ ਤਕੜੇ ਹੋ ਕੇ ਰਹੋ ਪੰਜਾਬ ਨੂੰ ਛੱਡਣ ਦੀ ਕੋਸ਼ਿਸ਼ ਨਾ ਕਰਿਓ ਮੈਂ 2007 ਦੇ ਵਿੱਚ ਕੈਨੇਡਾ ਗਿਆ ਸੀ 3 ਮਹੀਨੇ ਲਾ ਕੇ ਵਾਪਸ ਆ ਗਿਆ ਸੀ ਉਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਗਿਆ ਸੀ ਪਰ ਪੱਕੇ ਕੈਨੇਡਾ ਵਾਲੇ 2007 'ਚ ਗਿਆ ਸੀ ਤੇ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਢੀਠਾਂ ਵਾਂਗੂ ਆਪਦੇ ਰਿਸ਼ਤੇਦਾਰਾਂ ਦੇ ਮਿਹਣੇ ਬਾਨੇ ਸਹਿਣਾ ਤੈਨੂੰ ਹਰਾਮ ਜਾਂਦਿਆ ਫ੍ਰੀ 'ਚ ਮਿਲ ਗਈ ਸੀ ਤਾਂ ਆ ਗਿਆ ਵਾਪਸ ਤੈਨੂੰ ਸਾਲਿਆ ਫ੍ਰੀ 'ਚ ਮਿਲ ਗਈ ਸੀ ਤਾਂ ਆ ਗਿਆ ਵਾਪਸ ਨਹੀਂ ਮੈਨੂੰ ਪੀਦਾ ਸੀ ਮੇਰਾ ਪੰਜਾਬ ਰੰਗਲ ਹੈ ਬੇਰ ਦੁੱਲੇ ਨੇ ਬੇਰ ਸਾਡੇ ਪੰਜਾਬੀਆਂ ਦੇ ਬੇਰ ਦੁੱਲੇ ਨੇ ਖਰਾਬ ਵੀ ਹੋਏ ਨੇ ਪਰ ਸੌ ਲੱਗੇ ਬੇਰ ਇੰਨੇ ਨਹੀਂ ਦੁੱਲੇ ਇੰਨੇ ਖਰਾਬ ਨਹੀਂ ਹੋਏ ਕਿ ਆਪਾਂ ਇਕੱਠੇ ਕਰਕੇ ਝੋਲੀ 'ਚ ਪਾ ਕੇ ਧੋ ਕੇ ਕਈ ਜਣਸਾਂ ਖਾ ਲੈਣਗੀਆਂ ਆਪਣੀਆਂ ਕਈ ਜਨਰੇਸ਼ਨ ਖਾ ਲੈਣਗੀਆਂ ਬਹੁਤ ਤਕੜਾ ਪੰਜਾਬ ਰੰਗਲਾ ਪੰਜਾਬ ਆ ਛੱਡ ਕੇ ਨਾ ਜਾਓ ਜ਼ਮੀਨਾਂ ਵੇਚ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਮੁੜ ਮੁੜ ਆਉਂਗੇ ਜਿਉਂਦੇ ਰਹੋ ਤੁਹਾਨੂੰ ਬਹੁਤ ਸਾਰਾ ਸਤਿਕਾਰ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਬਾਕੀ ਰਾਖੀ ਬਾਕੀ ਬਹੁਤ ਹੀ ਜੀ ਆਇਆਂ ਨੂੰ ਸਾਰੇ ਕਲੱਬ ਵੱਲੋਂ ਸਾਡੇ ਗੋਰਾ ਲਾਲ ਪ੍ਰਧਾਨ ਜੀ ਵੱਲੋਂ ਬਿੰਦਰ ਸਿੰਘ ਬੋਬੀ ਜਿਨ੍ਹਾਂ ਨੇ ਅੱਜ ਮੈਨੂੰ ਬੁਲਟ ਨਾਲ ਸਨਮਾਨਿਤ ਕੀਤਾ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਾਕੀ ਸਾਡਾ ਦੀਪੂ ਵੀ ਪ੍ਰਧਾਨ ਸਾਹਿਬ ਲੱਖੀ ਵੀ ਸਾਰਿਆਂ ਦਾ ਧੰਨਵਾਦ ਹੈ ਤੇ ਹੋਪੀ ਬਾਈ ਦੀ ਗੱਲ ਇੱਕ ਦੱਸਦਾ ਮੈਂ ਇਹ ਗੱਲਾਂ ਸ਼ੇਰ ਹੈ ਉਹ ਜੱਟ ਹੈ ਜਿਹੜਾ ਰਾਜੂ ਵਰਮਾ ਦੇ ਨਾਲ ਔਖੇ ਵੇਲੇ ਵੀ ਖੜਾ ਸੀ ਤੇ ਚੜਾਈ ਅੱਜ ਤਾਂ ਵੀ ਬਾਈ ਖੜਾ ਸਾਡੇ ਨਾਲ ਤੇ ਬਾਈ ਦੇ ਨਾਲ ਖੁੱਲ ਕੇ ਦਾੜੀ ਮਾਰੋ ਇੱਕ ਇਸ ਇੰਡਸਟਰੀ ਦੇ ਵਿੱਚ ਜੇ ਕੋਈ ਕੀੜੀ ਜਿਹਾ ਵੀ ਦੁੱਖ ਹੁੰਦਾ ਤਾਂ ਬਾਈ ਕੋਲੇ ਦੱਸਦਾ ਜੇ ਖੁਸ਼ੀ ਹੁੰਦੀ ਹੈ ਤਾਂ ਬਾਈ ਕੋਲੇ ਦੱਸਦਾ ਤਾਂ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਬਾਈ ਤੇ ਬਹੁਤ ਹੀ ਬਾਈ ਦਾ ਧੰਨਵਾਦ ਹੈ ਤੇ ਦਿਲੋਂ ਤੇ ਮੈਂ ਚਾਹੂੰਗਾ ਇੱਕ ਲਾਈਨ ਬਿਨਾਂ ਸਾਜਾ ਤੋਂ ਬਾਈ ਤੋਂ ਗਾਣੇ ਦੀ ਸੁਣੀਏ ਬਾਈ ਜੋ ਗਾਉਂਦੇ ਨੇ ਉਹ ਐਂਡਾ ਸਿਰਫ ਇੱਕ ਸਥਾਈ ਅੰਤਰਾ ਹੋ ਜਾਏ ਚਾਹੀਦਾ ਫਿਰ ਲੰਬਾ ਹੋ ਜੂਗਾ ਸਮਾਂ ਘੱਟ ਹੈ ਮੈਂ ਗਾ ਹੀ ਦਿੰਦਾ ਤੁਸੀਂ ਜੀ ਸਾਰਾ ਕੁਛ ਆ ਜੂਗਾ ਡਾਇਲੋਗ ਆ ਜੀ ਮਾਰੋ ਫਿਰ ਖਿੱਚ ਕੇ ਤਾੜੀ ਨੂੰ ਬਾਈ ਦੀਪ ਸਿੱਧੂ ਦੇ ਨਾਲ ਜੋਰਾ 10 ਨੰਬਰੀਆ ਦਾ ਆਖਰੀ ਸੀਨ ਉਹਦੇ ਡਾਇਲੌਗਸ 2-3 ਮਿੰਟ ਦਾ ਉਹ 7 ਮਿੰਟ 49 ਸੈਕਿੰਡ ਦਾ ਸੀਨ ਸੀ
ਤੇ ਉਸ ਦਿਨ 13 ਕੈਮਰੇ ਲੱਗੇ ਹੋਏ ਸੀ ਅਸੀਂ ਬਠਿੰਡੇ ਕੋਲੇ ਇੱਕ ਪਿੰਡ ਦੇ ਵਿੱਚ ਸ਼ੂਟ ਕੀਤਾ ਸੀ ਉਹ ਯੂਪੀ ਜਿਹੜਾ ਦਿਖਾਇਆ ਸੀ ਕਾਲ ਚੰਦਾਣੀ ਪਿੰਡ ਚ ਢਿੱਲੋਂ ਫਾਰਮ ਤੇ ਪਰ ਬਾਅਦ ਚੋਂ ਦੀਪ ਮੰਨਿਆ ਨਹੀਂ ਮੈਂ ਤਾਂ ਕਿਹਾ ਸੀ ਬਸ ਇਸੇ ਨੂੰ ਐਡਿਟ ਕਰ ਲਾਂਗੇ ਕਦੇ ਇਸ ਕੈਮਰੇ ਵਾਲਾ ਕਦੇ ਇਸ ਕੈਮਰੇ ਵਾਲਾ ਰੱਖ ਲਾਂਗੇ ਸੀ ਪਰ ਉਹਦੀਆਂ ਕਟਿੰਗਸ ਬਾਅਦ ਚੋਂ ਕੀਤੀਆਂ ਗਈਆਂ 7:49 ਸਕਿੰਟ ਦਾ ਸੀਨ ਸੀ ਪਹਿਲਾਂ ਹੁਣ ਨਹੀਂ ਮੈਨੂੰ ਪਤਾ ਕਿੰਨੇ ਦਾ ਹੈ ਆਪਣੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਆ ਨਾ ਜੰਗਲ 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 ਹੈ ਨਾ ਸਾਲਾ ਗਿੱਦੜ ਮਾਣ ਹੈ ਨਾ ਸ਼ੇਰ ਕਿਹੜਾ ਜਾਨਵਰ ਕਿਹੜੀ ਝਾੜੀ ਚੋਂ ਨਿਕਲ ਕੇ ਕਿਹਨੂੰ ਖਾ ਜੇ ਕੋਈ ਪਤਾ ਨਹੀਂ ਲੱਗਦਾ ਮੈਂ ਦੇਖੀ ਪਲਟਦੀ ਪੁੱਤ ਅਸੀਂ ਕਦੋਂ ਜਾਨਵਰ ਹੋ ਗਏ ਤੇ ਜ਼ਿੰਦਗੀ ਜੰਗਲ ਪਤਾ ਹੀ ਨਹੀਂ ਲੱਗਿਆ ਕੰਮਾਂ ਦੇ ਫੈਸਲੇ ਸਿਰਫ ਮੇਰੇ ਵਰਗਾ ਸਾਂਭ ਬੰਦਾ ਲੈ ਸਕਦਾ ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਨਾਲੇ ਤੂੰ ਕਿਹੜੀ ਸੱਤੀਆਂ ਗੱਲਾਂ ਕਰਦਾ ਪਾ ਮੇਰੇ ਵਿਆਹ ਤੇ ਤੇਰੇ ਤੋਂ ਪਿੰਡ ਦਾ ਪੰਚ ਨਹੀਂ ਸੀ ਸੱਤ ਹੋਇਆ ਜਦੋਂ ਤੂੰ ਮਰੇਗਾ ਨਾ ਸੀਐਮ ਸੀਐਮ ਹੁਣੀ ਤੂੰ ਖੜੀ ਨੀ ਮੁੱਟਿਆਰੇ ਮੁੰਡਾ ਫੜ ਕੇ ਕੁੜੀ ਨੂੰ ਵਾਜਾ ਮਾਰੇ ਬੰਦ ਕਰ ਦੇ ਨੂੰ ਬੰਦ ਕਰ ਦੇ ਹੁਣੀ ਤੂੰ ਖੜੀ ਨੀ ਮੁੱਟਿਆਰੇ ਮੁੰਡਾ ਖੜ ਕੇ ਕੁੜੀ ਨੂੰ ਵਾਜਾ ਮਾਰੇ ਖੜੀ ਨੀ ਮੁੱਟਿਆਰੇ ਮੁੰਡਾ ਖੜ ਕੇ ਕੁੜੀ ਨੂੰ ਵਾਜਾ ਮਾਰੇ ਕੱਪ ਭੁੱਲ ਗਈ ਯਾਰ ਨੇ ਬੁਲਾਉਣਾ ਨੀ ਲੱਭਦੀ ਮਰ ਜਾਏਗੀ ਜੱਟ ਵਰਗਾ ਯਾਰ ਨੀ ਖਿਉਣਾ ਤੂੰ ਲੱਭਦੀ ਮਰ ਜਾਏਗੀ ਰਹੋ ਬਹੁਤ ਸਾਰਾ ਪਿਆਰ ਮੁਹੱਬਤ ਬਾਕੀ ਇੱਕ ਮੇਰੀ ਸਿਫਾਰਿਸ਼ ਕਰ ਦਿਓ ਸੌਣ ਲੱਗੇ ਬਹੁਤ ਚਿੱਤ ਕਰਦਾ ਮੋਟਰਸਾਈਕਲ ਚਲਾਏ ਨੂੰ ਕਈ ਸਾਲ ਹੋ ਗਏ ਰਾਜ ਕੋਲੇ ਤਾਂ ਹੋਰ ਆ ਜਾਓ ਇਹ ਮੈਨੂੰ ਹੀ ਦੇ ਦੇਵੇ ਬਾਹਲੇ ਮਾੜੇ ਨੇ ਰਾਜੂ ਆਪਦੇ ਪਿੰਡ ਤੋਂ ਮੈਂ ਹੋ ਕਿੱਥੋਂ ਘੁੰਮ ਗਿਆ ਅਸੀਂ ਰਾਜੂ ਨੂੰ ਚਾਬੀ ਦੇ ਮੋਟਰਸਾਈਕਲ ਦੀ ਹਾਏ ਮੈਂ ਮੇਰੇ ਤੋਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਜਾਂਦੀ ਮੈਂ ਮੈਨੂੰ ਤਾਂ ਐਂ ਲੱਗਿਆ ਸੀ ਮੇਰੇ ਵਾਸਤੇ ਕੋਈ ਗੱਲ ਨੀ ਥਾਣੇ ਚ ਰਾਬਤ ਲਾ ਦਿਓ ਜੇ ਚੋਰੀ ਹੋ ਗਿਆ ਮੇਰੇ ਕੋਲੋਂ ਚੱਕ ਲੈ ਤੁਹਾਨੂੰ ਬਹੁਤ ਸਾਰਾ ਸਤਿਕਾਰ ਮੈਂ ਨੀਤੀ ਹੈ ਨਰਸ ਦਾ ਰੋਲ ਪੈਸੇ ਵੀ ਦਊਗਾ ਨਹੀਂ ਦਊਗਾ ਮੈਂ ਦਊਗਾ ਠੀਕ ਹੈ ਸਵੇਰੇ ਤੇਰੇ ਅਕਾਊਂਟ 'ਚ ਪੈਸੇ ਆ ਜਾਣਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਸਾਰੇ
दिया बहुत सारिया मुबारक सारे नारी प्रबंधक कमेटी का जिन्हें भी वीर होणिया ने प्रबंध किया बहुत सोहना प्रोग्राम रचाया थैंक यू अबाई होणिया का। अज मैं सिफारिश बिल्कुल लागू जी अज की सिफारिश लगी एक तो जा नहीं सकती एक लत भी मेरे बापू ने धरती देख ली चीक पै जा रही तेरिया मैं थोड़े चन वर्गे चेहर के दर्शन करने का मौका अज मैं मेरे बापू करके मिले एक बार ताड़ी मार दो वैसे मैं इस शो च होर किसी ने नहीं बुलाया सीरियसली अज मेरे बापू ने मैनू बुलाया तो मैं ना तड़के भी इन्नी एक्साइटेड सी कि बापू आए ना कह रहे थी ये लेट हो गई मैं क्या मैं पहला जाना तो नाल दी नाल ही मैं राजू वीरे दसना चाहनी एक बारी राजू वीरे का ते मेरा बहुत सालों का वाह वास्ता साडा फैमलियां का आना जाना है भाई जी हमने साडे कोल चंडीगढ़ आंदे हुंदे सी ब्लास्ट बहुत दिन ला के जांदे सी इधर मेरा भतीजा ये भी मेरे कोल आंदा हुंदा सी एक बार सारी फैमिली के नाते सारे के नाते ताड़ी ला दिओ हुण तक जिन्निया भी मेरिया फिल्मां आईयां ने जिन्ने भी चैनलों ते मैं काम कीता या जिन्ने भी मेरे गाने आया तुसी बहुत सारा प्यार दिता पर एक दिन मैं किसी की इंटरव्यू देखी सी कहिंदे जे तुसी कोई गल दिल दे विच रख ली ना ओह तुहानू खांदी 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 खा ही जाऊगी तां मैनू एक महीना हो गया सी सीरियसली एक महीने तो मैं बापू का नंबर टोलती सी पता नहीं तां भाई किसे दे दिल च बेईमानी सी बंदे मैनू कह दिंदे सी हाय नहीं जी है नहीं जी तो मैं थैंक क्यों करती हाँ मेरे वीर दिलावर सिद्धू का जिन्हों केले मुड़े के नाल ना दे नाल तुसी जानते हो मैं उन्होंने नंबर मंगया उन्होंने 35 सट्टे मैं नंबर सेंड किया तो ना दे नाल मैं बापू को फोन किया मेरी ऐनी ऐनी किस्मत देखो कि कल बापू ना मेरी गल हुई अज मैं बुला लिया अज ही मैं पहला मिल गई ला दो ताड़ी फिर क्या बात है मैं एक परमिशन लेना चाहनी हाँ थोड़े तो कि दो लेना गा दें पक्का चमकीले भाजी को किन्ना क पसंद करते सारे जाने चीका दिया हार देने भाई माड़ा जा मजीशियन भी रही कितने है एक मिनट भी एक मिनट we
ਮੈਨੂੰ ਪਤਾ ਇੱਧਰ ਸਾਡੇ ਭਰਾ ਆਏ ਹੋਏ ਆ ਮੈਂ ਇਹਨਾਂ ਦਾ ਸਮਾਂ ਨਹੀਂ ਖਰਾਬ ਕਰਨਾ ਥੋੜਾ ਜਿਹਾ ਇੱਕ ਗਾਣਾ ਹੋਰ ਕੀ ਕਹਿੰਦੀ ਆ ਇੱਕ ਪੈਰਾ ਵੀਰੇ ਮੈਨੂੰ ਤਾਂ ਪਹਿਲਾਂ ਹੀ ਪਤਾ ਕੀ ਕਹਿੰਦੀ ਆ ਮਾਹੀ ਬੇ ਮਾਹੀ ਮੈਨੂੰ ਬੈਠਾ ਮਾਗਾ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਮੇਰੀਆਂ ਵੀਡੀਓਜ਼ ਨੂੰ ਮੇਰੇ ਗਾਣਿਆਂ ਨੂੰ ਪਿਆਰ ਦਿੰਦੇ ਥੈਂਕ ਯੂ ਸੋ ਮਚ।